ਸੰਗੀਤ ਵੈਬ ਟੀਵੀ ਦੀ ਟੀਮ ਵੱਲੋਂ ਆਪ ਦਾ ਸਵਾਗਤ ਹੈ। ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ, ਅੱਜ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਉੱਚਾ ਲਧਾਣਾ ਵਿਖੇ ਅਦਾਰਾ ਜੀ ਦੇ ਬਾਨੀ ਡਾਕਟਰ ਸਾਧੂ ਸਿੰਘ ਹਮਦਾਰ ਦੀ ਯਾਦ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ, ਜਿਸ ਵਿੱਚ ਵੱਖ ਵੱਖ ਸ਼ਖਸੀਅਤਾਂ ਪੁੱਜੀਆਂ ਨੇ ਅਤੇ ਫਸਵੇਂ ਮੁਕਾਬਲੇ ਕਰਵਾਏ ਜਾ ਰਹੇ ਨੇ। ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਪਿੰਡ ਵਾਸੀਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ? ਮੈਂ ਅਮਰੀਕ ਸਿੰਘ ਸੋਢੀ। ਅਸੀਂ ਡਾਕਟਰ ਸਾਧੂ ਸਿੰਘ ਹਮਦਰਦ ਦੀ ਯਾਦ ਦੇ ਵਿੱਚ ਸਾਲਾਨਾ ਟੂਰਨਾਮੈਂਟ ਸਾਡੇ ਨਗਰ ਵੱਲੋਂ, NRA ਵੀਰਾਂ ਵੱਲੋਂ ਅਤੇ ਗ੍ਰਾਮ ਪੰਚਾਇਤ ਲਧਾਣਾ ਉੱਚਾ ਵੱਲੋਂ ਹਰ ਸਾਲ ਕਰਾਇਆ ਜਾਂਦਾ। ਇਹ ਜੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹਦਾ ਜਿਹੜਾ ਮੈਚ ਆ, ਟੂਰਨਾਮੈਂਟ ਆ, ਇਹ 17ਵਾਂ ਟੂਰਨਾਮੈਂਟ ਆ। ਹਰ ਸਾਲ ਅਸੀਂ ਉਹਨਾਂ ਦੇ ਨਾਮ 'ਤੇ ਕਰਾਉਂਦੇ ਹਾਂ ਅਤੇ ਡਾਕਟਰ ਸਾਧੂ ਸਿੰਘ, ਡਾਕਟਰ ਬਰਜਿੰਦਰ ਸਿੰਘ ਜੀ ਹਮਦਰਦ, ਜੋ ਕਿ ਸਾਨੂੰ ਬਹੁਤ ਵੱਡਾ ਟੂਰਨਾਮੈਂਟ ਵਾਸਤੇ ਹਰ ਸਾਲ ਯੋਗਦਾਨ ਪਾਉਂਦੇ ਆ, ਔਰ ਐਤਕੀ ਵੀ ਉਹਨਾਂ ਨੇ ਪਾਇਆ, ਔਰ ਪਿਛਲੇ ਸਾਲ ਕੋਵਿਡ ਕਰਕੇ ਉਹ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਨਹੀਂ ਹੋਏ ਸੀ, ਪਰ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਅਤੇ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਵੀ ਜੋ ਸਾਡੇ ਫਾਈਨਲ ਮੁਕਾਬਲੇ ਜਿਸ ਦਿਨ ਹੋਣੇ ਆ 7 ਤਰੀਕ ਨੂੰ, ਉਸ ਦਿਨ ਉਹ ਇੱਥੇ ਸਾਡੇ ਟੂਰਨਾਮੈਂਟ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਆਉਣਗੇ। ਸਾਨੂੰ ਨਗਰ ਨੂੰ ਬੜੇ ਮਾਣ ਵਾਲੀ ਗੱਲ ਆ, ਬੜੀ ਖੁਸ਼ੀ ਵਾਲੀ ਗੱਲ ਆ ਵੀ ਉਹਨਾਂ ਨੇ ਸਾਡੇ ਇਸ ਨਗਰ ਦੇ ਵਿੱਚ, ਕਿਉਂਕਿ ਉਹ ਉਹਨਾਂ ਦਾ ਆਪਦਾ ਆਪਣਾ ਪਿੰਡ ਆ, ਇਹਨਾਂ ਦੇ ਵਿੱਚ ਉਹਨੇ ਅੱਜ ਬੜੀ ਉਹ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਸੀ ਔਰ ਖੁਸ਼ੀ ਮਹਿਸੂਸ ਕਰਦੇ ਸੀ ਵੀ ਮੈਂ ਆਪਣੇ ਪਿੰਡ ਦੇ ਵਿੱਚ ਜੋ ਉਹਨਾਂ ਦੇ ਪਿਤਾ ਜੀ ਸਾਧੂ ਸਿੰਘ ਹਮਦਰਦ ਦੀ ਯਾਦ ਦੇ ਵਿੱਚ ਇੱਥੇ ਟੂਰਨਾਮੈਂਟ ਚੱਲ ਰਿਹਾ। ਔਰ ਇਸ ਤੋਂ ਇਲਾਵਾ ਸਾਡੇ ਅੱਜ ਗਰਾਊਂਡ ਦੇਖੀ ਹੋਣੀ ਆ ਅਤੇ ਇਹਦੇ ਨਾਲ ਸਾਡਾ ਅਸੀਂ ਹੈਲਥ ਕਲੱਬ ਬਣਾਇਆ ਆ, ਉਹ ਵੀ ਡਾਕਟਰ ਸਾਹਿਬ ਦੇ ਨਾਂ 'ਤੇ, ਸਾਧੂ ਸਿੰਘ ਹਮਦਰਦ ਦੇ ਨਾਂ 'ਤੇ। ਇੱਕ ਉਹਨਾਂ ਦੇ ਨਾਮ 'ਤੇ ਸਾਡੇ ਨਗਰ ਦੇ ਵਿੱਚ ਡਿਸਪੈਂਸਰੀ ਚੱਲਦੀ ਆ, ਔਰ ਉਸ ਤੋਂ ਇਲਾਵਾ ਇੱਕ ਲਾਇਬ੍ਰੇਰੀ ਆ। ਅਤੇ ਬਹੁਤ ਜਲਦੀ ਅਸੀਂ ਪਿਛਲੇ ਸਾਲ ਵੀ ਇਸ ਗੱਲ ਦਾ ਵਾਅਦਾ ਕੀਤਾ ਸੀ, ਜੋ ਪੰਜਾਬ ਗੌਰਮੈਂਟ ਵੱਲੋਂ ਉਸ ਵੇਲੇ ਸਾਨੂੰ ਇੱਕ ਫੰਡ ਆਏ ਸੀ, ਉਹਨਾਂ ਦੇ ਨਾਮ 'ਤੇ ਇੱਕ ਪਾਰਕ, ਯਾਦਗਾਰੀ ਪਾਰਕ ਬਹੁਤ ਵਧੀਆ ਅਸੀਂ ਪਿੰਡ ਦੇ ਵਿੱਚ ਥੋੜ੍ਹੇ ਟੂਰਨਾਮੈਂਟ ਤੋਂ ਬਾਅਦ ਉਸਾਰੀ ਕਰਨ ਜਾ ਰਹੇ ਹਾਂ। ਸੋ ਉਹਨਾਂ ਦਾ ਜਿਹੜਾ ਨਾਮ ਆ ਉਹ ਦੁਨੀਆ ਦੇ ਵਿੱਚ ਕਾਫੀ ਵੱਡਾ ਨਾਂ ਆ ਸਾਡੇ ਪਿੰਡ ਨੂੰ, ਨਗਰ ਨੂੰ, ਪਿੰਡ ਲਧਾਣਾ ਉੱਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਬੜਾ ਅਸੀਂ ਫਖਰ ਮਹਿਸੂਸ ਕਰਦੇ ਹਾਂ, ਮਾਣ ਵਾਲੀ ਗੱਲ ਹੈ। ਔਰ ਸਾਡੇ ਇਸ ਟੂਰਨਾਮੈਂਟ ਦੇ ਵਿੱਚ 24 ਟੀਮਾਂ ਜੋ ਕਿ ਪਿੰਡ ਪੱਧਰ 'ਤੇ ਉਹਨਾਂ ਨੇ ਭਾਗ ਲਿਆ, ਔਰ 8 ਟੀਮਾਂ ਆਲ ਓਪਨ ਦੀਆਂ ਉਹਨਾਂ ਨੇ ਭਾਗ ਲਿਆ, ਔਰ 20 ਦੀਆਂ 4 ਟੀਮਾਂ ਉਹਨਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ। ਔਰ ਸਾਡੇ ਅੱਜ ਟੂਰਨਾਮੈਂਟ ਦਾ 3ਰਾ ਦਿਨ ਆ ਅਤੇ 3ਰੇ ਦਿਨ ਦੇ ਜਿਹੜੇ ਮੁਕਾਬਲੇ ਆ ਉਹ ਤੁਸੀਂ ਦੇਖ ਰਹੇ ਆ ਵੀ ਚੱਲ ਰਹੇ ਆ। ਅੱਜ ਦੇ ਸਾਡੇ ਜਿਹੜੇ ਆਲ ਓਪਨ ਦਾ ਪਹਿਲਾ ਮੈਚ ਹੈਗਾ ਸਾਡੇ ਇਲਾਕੇ ਦੀ ਬਹੁਤ ਹੀ ਵਧੀਆ ਟੀਮ SN ਕਾਲਜ ਬੰਗਾ ਦੀ ਔਰ YFC ਮਾਲਪੁਰ ਕਲੱਬ ਦੇ ਵਿਚਕਾਰ ਜਿਹੜਾ ਪਹਿਲਾ ਸਾਡਾ ਅੱਜ ਮੈਚ ਆ ਉਹ ਹੋਣ ਜਾ ਰਿਹਾ। ਉਸ ਤੋਂ ਇਲਾਵਾ ਦੂਸਰਾ ਜੋ ਸਾਡਾ ਸੈਕਿੰਡ ਮੈਚ ਹੈਗਾ ਉਹ ਆਲ ਓਪਨ ਦਾ, ਉਹ ਮਾਲਪੁਰ ਅਕੈਡਮੀ ਵਰਸਿਸ ਚੰਡੀਗੜ੍ਹ ਅਕੈਡਮੀ ਦੇ ਦਰਮਿਆਨ ਹੁਣੇ ਖੇਡਿਆ ਜਾਵੇਗਾ, ਜਿਹਦੇ ਵਿੱਚ ਕਿ ਸਾਡੇ ਜਿਹੜੇ ਹੈਗੇ ਆ ਉਹਦੇ ਵਿੱਚ ਪਲੇਅਰ ਹੈਗੇ ਆ ਉਹ ਸਾਊਥ ਅਫਰੀਕਾ ਦੇ ਜਾਂ ਨਾਈਜੀਰੀਆ ਦੇ ਸਾਡੇ ਮੈਦਾਨ ਦੇ ਵਿੱਚ ਖੇਡਣਗੇ। ਸੋ ਇਸ ਕਰਕੇ ਦਰਸ਼ਕਾਂ ਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਨੂੰ ਦੇਖਣ ਦਾ ਇੱਕ ਬਹੁਤ ਵੱਡਾ ਉਤਸ਼ਾਹ ਆ। ਸੋ ਸਾਰੇ ਦਰਸ਼ਕ ਵੀਰ ਇਸ ਖੇਡ ਮੇਲੇ ਦੇ ਵਿੱਚ ਆਨੰਦ ਲੈ ਰਹੇ ਆ। ਸੋ ਸਾਡੀ ਇਹ ਪ੍ਰਾਇਓਰਟੀ ਆ, ਅਸੀਂ ਪਿੰਡ ਵਾਲਿਆਂ ਨੇ, ਨਗਰ ਪੰਚਾਇਤ ਨੇ, ਸਾਰਿਆਂ ਨੇ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ। ਔਰ ਤੁਸੀਂ ਦੇਖ ਰਹੇ ਹਾਂ ਗਰਾਊਂਡ ਦਾ ਅਸੀਂ ਬੜਾ ਖਿਆਲ ਰੱਖਦੇ ਹਾਂ, ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਲਾਈਟਾਂ ਵਗੈਰਾ ਲਾਈਆਂ ਅਤੇ ਇਸ ਕਰਕੇ ਤਾਂ ਜੋ ਜਿਹੜੇ ਬੱਚੇ ਆ ਸਾਡੇ ਉਹ ਇਸ ਚੀਜ਼ ਤੋਂ ਦੂਰ ਜਾ ਰਹੇ ਆ, ਜਿਹੜੀ ਫਿਜੀਕਲ ਐਕਟੀਵਿਟੀ ਆ ਉਹ ਬੱਚਿਆਂ ਦੀ ਅੱਜ ਕੱਲ੍ਹ ਜਿਹੜੀ ਆ ਉਹ ਘੱਟ ਰਹੀ ਆ, ਉਸ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਇਸ ਜਿਹੜੀਆਂ ਜੋ ਫੈਸਿਲਿਟੀ ਹੈਗੀਆਂ ਅਸੀਂ ਗਰਾਊਂਡ ਦੇ ਵਿੱਚ ਇਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤੀਆਂ ਤਾਂ ਜੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਖਿਡਾਰੀ ਬਣ ਸਕਣ। ਔਰ ਸਾਡੇ ਬੜੇ ਮਾਣ ਵਾਲੀ ਗੱਲ ਆ, ਸਾਡੇ ਨਗਰ ਦਾ ਖਿਡਾਰੀ ਚੇਤਨ ਜੋ ਕਿ ਪੰਜਾਬ ਦੀ ਟੀਮ ਵੱਲੋਂ ਅੱਜ ਸੰਤੋਸ਼ ਟਰੋਫੀ ਦੇ ਵਿੱਚ ਉਹ ਖੇਡ ਰਿਹਾ। ਸੋ ਬੜੇ ਸਾਡੇ ਪਿੰਡ ਨੂੰ ਮਾਣ ਵਾਲੀ ਗੱਲ ਆ। ਉਸ ਤੋਂ ਇਲਾਵਾ ਇਸ ਗਰਾਊਂਡ ਨੇ ਹੋਰ ਵੀ ਜੋ ਇੰਡੀਆ ਲੈਵਲ 'ਤੇ ਖਿਡਾਰੀ ਖੇਡ ਚੁੱਕੇ ਆ ਜਿਹਦੇ ਵਿੱਚ ਸੁਖਵਿੰਦਰ ਸਿੰਘ ਸੋਨਾ ਔਰ ਉਸ ਤੋਂ ਇਲਾਵਾ ਦੀਪਕ ਕੁਮਾਰ ਦੀਪੂ ਅਤੇ ਚੇਤਨ ਅਤੇ ਕਿਸ਼ੋਰੀ ਜੋ ਕਿ VSF ਦੇ ਵਿੱਚ ਭਰਤੀ ਹੋਇਆ, ਉਹ ਸਾਰੇ ਬੱਚੇ ਜਿਹੜੇ ਅੱਜ ਸਾਡੇ ਅੱਜ ਇੱਥੇ ਇਸ ਗਰਾਊਂਡ ਦੇ ਵਿੱਚੋਂ ਪੈਦਾ ਹੋ ਕੇ ਖੇਡ ਕੇ ਉਹ ਇੰਡੀਆ ਦੇ ਵਿੱਚ ਆਪਣਾ ਨਾਮ ਰੋਸ਼ਨ ਆਪਣੇ ਇਲਾਕੇ ਦਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ। ਸੋ ਬੜੇ ਮਾਣ ਵਾਲੀ ਗੱਲ ਆ, ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਾਡੇ ਇਲਾਕੇ ਦੇ ਵਿੱਚੋਂ ਇੱਕੋ ਇੱਕ ਜਿਹੜਾ ਖਿਡਾਰੀ ਆ ਜੋ ਕਿ ਸੰਤੋਸ਼ ਟਰੋਫੀ ਪੰਜਾਬ ਦੀ ਟੀਮ ਵੱਲੋਂ ਖੇਡ ਰਿਹਾ, ਬੜੇ ਪਿੰਡ ਨਗਰ ਨੂੰ ਮਾਣ ਵਾਲੀ ਗੱਲ ਆ। ਔਰ ਅਸੀਂ ਉਹਨੂੰ ਬੈਸਟ ਵਿਸ਼ਿਜ਼ ਦੇ ਰਹੇ ਹਾਂ ਕਿ ਉਹ ਮੁੰਡਾ ਵਧੀਆ ਪੰਜਾਬ ਦੇ ਲਈ ਖੇਡੇ। ਉਸ ਤੋਂ ਇਲਾਵਾ
जो साढ़े बच्चे एक साढ़े कमल ला बच्चा वो भलवानी कर रहा और उस तो अलावा एक वेट लिफ्टिंग दे साढ़े इस नगर का वह भी इसे ग्राउंड दे इत्थे प्रैक्टिस करके वो वेट लिफ्टिंग दे फस्ट आया जिला शहीद भगत सिंह नगर के विचों। सो इस करके साढ़े सारे प्लेयर से सानू नगर नू माण आ। वाहिगुरु जी का खालसा वाहिगुरू जी की फतेह। राम लोहाया पिंड लुधाणा उच्चा। अज जो दशमेश स्पोर्ट्स क्लब लुधाणा उच्चा नगर निवासी ग्राम पंचायत तो एन आर आई वीर सहयोग के नाल जिहड़ा 17वां जिहड़ा साधु सिंह हमदर्दी की यादगार दे टूरनामेंट करवाया जा रहा ये बहुत जिहड़े साढ़े खेड नू प्लेयर नू नशियां तो मुक्त रखण की लोड़ है। मुक्त रखण दे नशियां तो दूर रखण दे लई ये जिहड़ी खेड नू प्रमोट करन दे वास्ते जिहड़ा उपराला किया जा रहा। इस उपराले दे विच ਬਰਜਿੰਦਰ ਸਿੰਘ ਹਮਦਰਦੀ ਹੁਣਾਂ ਵੱਲੋਂ ਬਹੁਤ ਵੱਡਾ ਜਿਹੜਾ ਯੋਗਦਾਨ ਆ ਪਿਛਲੇ ਸਾਲਾਂ ਤੋਂ ਵੀ ਅਤੇ ਇਸ ਵਾਰ ਵੀ ਜਿਹੜਾ ਅਸੀਂ ਕੱਲ੍ਹ ਜਲੰਧਰ ਜਾ ਕੇ ਆਏ ਹਾਂ ਬਹੁਤ ਵੱਡਾ ਜਿਹੜਾ ਉਹਨੇ ਯੋਗਦਾਨ ਪਾਇਆ ਅਤੇ ਸਰਪੰਚ ਸਾਹਿਬ ਉਹਨਾਂ ਨੇ ਸਾਰੇ ਮੁੰਡਿਆਂ ਦੀ ਜਿਹੜੀਆਂ ਕਾਰਗੁਜ਼ਾਰੀਆਂ ਉਹ ਵਿਸਤਾਰ ਦੇ ਵਿੱਚ ਦੱਸ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਰਿਪੀਟ ਕਰਨਾ ਠੀਕ ਨਹੀਂ ਹੋਵੇਗਾ। ਅਤੇ ਅਸੀਂ ਪਲੇਅਰਾਂ ਤੋਂ ਮੁੰਡਿਆਂ ਤੋਂ ਇਹੀ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਸ ਗਰਾਊਂਡ ਨੇ ਇੰਡੀਆ ਪੱਧਰ ਦੇ ਜਿਹੜੇ ਪਲੇਅਰ ਦਿੱਤੇ ਆ ਅਤੇ ਨਵੇਂ ਮੁੰਡਿਆਂ ਨੂੰ ਇਹੀ ਉਹਨਾਂ 'ਤੇ ਆਸ ਕਰਦੇ ਹਾਂ ਕਿ ਤਿਆਰ ਹੋ ਕੇ ਇਸ ਗਰਾਊਂਡ ਦੇ ਵਿੱਚੋਂ ਪਿੰਡ ਦਾ ਨਾਂ ਜਿਹੜਾ ਉਹ ਰੋਸ਼ਨ ਕਰਨ। ਇਹੀ ਜਿਹੜੀ ਅਸੀਂ ਸਾਡੇ ਮਨ ਦੀਆਂ ਮਨੋਕਾਮਨਾਵਾਂ ਜਿਹੜੀਆਂ ਉਹ ਮੁੰਡਿਆਂ ਤੋਂ ਆਸ ਕਰਦੇ ਹਾਂ ਕਿ ਉਹ ਪੂਰੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਪਾਲ ਸਪੁੱਤਰ ਸ਼੍ਰੀ ਨੰਦ ਲਾਲ ਜੀ ਵਾਸੀ ਪਿੰਡ ਲੁਧਾਣਾ ਉੱਚਾ ਦਾ ਵਸਨੀਕ ਹਾਂ ਔਰ ਮੈਂ ਜੋ ਫੁੱਟਬਾਲ ਦਾ ਮੈਚ ਚੱਲ ਰਿਹਾ ਇਸ ਨੂੰ ਦੇਖ ਕੇ ਮਨ 'ਚ ਬੜਾ ਉਤਸ਼ਾਹ ਰਿਹਾ ਹੈ। ਇਹ ਸਾਡੇ ਪਿੰਡ ਦੀ ਗਰਾਊਂਡ ਇਹੋ ਜਿਹੀ ਗਰਾਊਂਡ ਆ ਜੀ ਜਿਹਨਾਂ ਵਿੱਚ ਮੈਂ ਵੀ ਫੁੱਟਬਾਲ ਖੇਡ ਕੇ 22 ਸਾਲ ਫੁੱਟਬਾਲ ਖੇਡਿਆ ਜੀ। ਇਸ ਗਰਾਊਂਡ ਨੇ ਭਾਗ ਲਾਏ ਆ ਸਾਡੇ ਸਰੀਰ ਨੂੰ ਸਾਡੇ ਉਦਮਾਂ ਨੂੰ ਅਸੀਂ ਉਪਰਾਲੇ ਕੀਤੇ। ਸੋ ਇੱਥੇ ਹੀ ਕਿੰਨੇ ਸਾਡੇ ਖਿਡਾਰੀ ਅੱਗੇ ਗਏ ਆ ਉਹ ਪਹਿਲਾਂ ਸਰਪੰਚ ਸਾਹਿਬ ਵੀ ਗਿਣਾ ਚੁੱਕੇ ਆ। ਸੋ ਮੈਂ ਬੇਨਤੀ ਕਰਦਾ ਸਾਡੇ ਪਿੰਡ ਸੁਭਾਗੀ ਹੈ ਜਿਹਨੂੰ ਯਾਦਗਾਰੀ ਬਣਾ ਰਹੇ ਹਾਂ ਆਪਣੇ ਸਵਰ ਗਿਆ ਸਾਧੂ ਸਿੰਘ ਹਮਦਰ ਜੀ ਉਹਨਾਂ ਦੇ ਬੇਟੇ ਬਰਜਿੰਦਰ ਸਿੰਘ ਜੀ ਹਮਦਰਦ ਅਸੀਂ ਉਹਨਾਂ ਦੇ ਵੀ ਬਦੀ ਧੰਨਵਾਦੀ ਹਾਂ ਜੋ ਸਾਨੂੰ ਇਸ ਚੀਜ਼ ਦਾ ਅਸ਼ੀਰਵਾਦ ਦੇ ਰਹੇ ਹਾਂ। ਸਾਰਾ ਪਿੰਡ ਉਹਨਾਂ ਦਾ ਬਹੁਤ ਸਤਿਕਾਰ ਕਰ ਰਿਹਾ ਹੈ। ਸੋ ਇਸ ਕਰਕੇ ਇਸ ਵਡਮੁੱਲੇ ਉਪਰਾਲੇ ਨੂੰ ਸਾਡੇ ਪਿੰਡ ਦੀ ਨਗਰ ਪੰਚਾਇਤ ਜਿਹੜੀ ਆ ਬਹੁਤ ਵਧੀਆ ਢੰਗ ਨਾਲ ਫੋਲੋ ਕਰ ਰਹੀ ਆ। ਸੋ ਮੈਂ ਇਸ ਪ੍ਰੈਸ ਦਾ ਫੋਟੋਗ੍ਰਾਫਰ ਦਾ ਅਤੇ ਬਾਕੀ ਸਾਰੀਆਂ ਆਈ ਸੰਗਤਾਂ ਦਾ ਧੰਨਵਾਦੀ ਹਾਂ ਜੀ। ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਕਈਆਂ ਸਾਲਾਂ ਤੋਂ ਫੁੱਟਬਾਲ ਟੂਰਨਾਮੈਂਟ ਸਾਧੂ ਸਿੰਘ ਹਮਦਰਦ ਡਾਕਟਰ ਜੀ ਉਹਨਾਂ ਦੇ ਨਾਂ 'ਤੇ ਕਰਵਾਇਆ ਜਾ ਰਿਹਾ ਹੈ। ਸਾਧੂ ਸਿੰਘ ਜੀ ਸਾਡੇ ਇਲਾਕੇ ਦੀ ਬਹੁਤ ਹੀ ਵੱਡੀ ਸ਼ਾਨ ਹਨ, ਸਾਡੇ ਇਲਾਕੇ ਦਾ ਮਾਣ ਹਨ। ਜੋ ਕਿ ਬਲਵਿੰਦਰ ਸਿੰਘ ਜੀ ਇਸ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਇਹ ਲੁਧਾਣਾ ਉੱਚਾ ਜੋ ਪਿੰਡ ਹੈ ਇਹ ਬਹੁਤ ਹੀ ਅਗਾਂਹ ਵਧੂ ਪਿੰਡ ਹੈ। ਸਰਪੰਚ ਸਾਹਿਬ ਜੋ ਇਸ ਦੇ ਹਨ ਉਹ ਪਿੰਡ ਦੇ ਵਿੱਚ ਕਾਫੀ ਸੁਧਾਰ ਕਰਦੇ ਨੇ, ਹਰ ਇੱਕ ਦੀ ਗੱਲ ਸੁਣ ਕੇ ਪਿੰਡ ਦੀਆਂ ਜੋ ਯੋਜਨਾਵਾਂ ਹਨ ਉਹਨਾਂ ਨੂੰ ਨੇਪਰੇ ਚਾੜ੍ਹਦੇ ਹਨ। ਇਹ ਜੋ ਫੁੱਟਬਾਲ ਟੂਰਨਾਮੈਂਟ ਹੈ ਇਹ ਪਿੰਡ ਪੱਧਰ 'ਤੇ ਔਰ ਕਲੱਬਾਂ ਦਾ ਔਰ ਛੋਟੇ ਬੱਚਿਆਂ ਦਾ ਕਰਵਾਇਆ ਜਾਂਦਾ ਹੈ। ਇੱਕ ਬਹੁਤ ਹੀ ਵੱਡਾ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਇੱਕ ਤਾਂ ਬਾਹਰ ਨੂੰ ਭੱਜ ਰਹੀ ਹੈ, ਦੂਜੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਹੀ ਹੈ। ਇਹ ਜੋ ਖੇਡ ਮੇਲਾ ਹੈ ਫੁੱਟਬਾਲ ਦਾ ਜਾਂ ਕਿਸ ਤਰ੍ਹਾਂ ਦਾ ਵੀ ਹੈ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ, ਤਾਂ ਕਿ ਅਸੀਂ ਆਪਣੇ ਜੋ ਬੱਚੇ ਹਨ ਉਹਨਾਂ ਨੂੰ ਸਹੀ ਸੇਧ ਦੇ ਸਕੀਏ, ਉਹਨਾਂ ਦੀ ਜਵਾਨੀ ਨੂੰ ਸਾਂਭ ਸਕੀਏ। ਜੋ ਸਾਡੇ ਬੱਚੇ ਨਸ਼ਿਆਂ ਵੱਲ ਦੌੜ ਰਹੇ ਹਨ ਅਗਰ ਅਸੀਂ ਇਹੋ ਜਿਹਾ ਉਪਰਾਲਾ ਕਰੀਏ ਤਾਂ ਅਸੀਂ ਆਪਣੇ ਜਿਹੜੇ ਬੱਚਿਆਂ ਨੂੰ ਥੋੜ੍ਹੀ ਸੰਭਾਲ ਕਰ ਸਕਦੇ ਹਾਂ, ਉਹਨਾਂ ਦੀ ਜਵਾਨੀ ਨੂੰ ਸੰਭਾਲ ਸਕਦੇ ਹਾਂ। ਕਿਉਂਕਿ ਸਾਡੀ ਜਿਹੜੀ ਹੋਂਦ ਹੈ ਉਹ ਇੱਕ ਤਰ੍ਹਾਂ ਮਤਲਬ ਖਤਰੇ ਵਿੱਚ ਪੈਂਦੀ ਜਾ ਰਹੀ ਆ, ਕਿਉਂਕਿ ਜਵਾਨੀ ਜਿਹੜੀ ਆ ਸਾਡੇ ਅੱਜ ਦੇ ਜਵਾਨੀ ਜਿਹੜੇ ਬੱਚੇ ਹਨ ਉਹ ਨਸ਼ਿਆਂ 'ਚ ਗ੍ਰਸਤ ਹੋ ਰਹੇ ਹਨ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਖੇਡ ਮੇਲੇ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਹੋਰ ਮੈਂ ਸਾਰੇ ਨਗਰ ਨਿਵਾਸੀਆਂ ਦਾ NRI ਭਰਾਵਾਂ ਦਾ ਜਿਨ੍ਹਾਂ ਨੇ ਇਸ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਇਆ, ਪਿੰਡ ਦੇ ਸੱਜਣਾਂ ਦਾ, ਭੈਣ ਭਰਾਵਾਂ ਜੋ ਕਿ ਆਲੇ ਦੁਆਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਇਸ ਪਿੰਡ ਨਾਲ ਜੁੜੇ ਹੋਏ ਹਨ,
अपनी नेक कमाई के इस वध तो चढ़ हिस्सा पाते हैं क्योंकि ताकि अपने जो नौजवानों नशियां तो दूर रखा जाए। वाहिगुरु जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मैं सब खिडारियों को बेनती करता चाहना हाँ कि जिन्हें खिडारी आ अपने प्यार सारे खेडन, कोई लड़ाई झगड़ा ना करे। बाकी असी सरपंच उन्हां दी बहुत इज्जत करते हैं जिन्होंने इस पिंड दे टूर्नामेंट नूं तरक्की ते लिजा रहे हैं। इन्होंने बहुत पिंड दे भी बहुत काम कराए हैं, साडे पंचायत दे मैंबर भी बहुत चंगे हैं। और इस तरह ये महाराज इन्हां नूं दिन दुगनी रात चौगनी बख्शे और ये काम कराए जाण। स्पोर्ट्स क्लब का सब तो ज़्यादा सरपंच उन्होंने जिहड़ा मता सहयोग दिता, इन्हां दा असी देणदार नहीं दे सकते। बाकी असी खिडारियों नूं कहिंदे आ जो अजकल नशा करदे आ ये नशे तो बचण और ये गेम वाल ध्यान देण, जो कि साडे पिंड दी शान उच्ची होवे। ये पिंड लधाणा उच्चा दी जो ग्राउंड आ पहले नंबर ते आ, देखो तुसीं आ के टूरनामेंट दी रौनक वधाओ। देखो आल ओपन दे मैच जिन्ने हो रहे आ सब बड़े बड़े नाम रखे हुए आ। बाकी असी सब खिडारियों नूं बेनती करदे आ कोई लड़ाई झगड़ा ना करे। इन्ना कहिंदा होया मेरे कोई गलती शलती हो गई होवे माफ़ करनी। मैं सरपंच उहनां दा भी धन्नवाद करदा कि सरपंच हुणी इसे तरह साडे पीजा होटल वाले भी खड़े आ सरदार होनी पलावे तो इन्हों की भी बहुत असी देणदार हैं। तो बाकी असी इन्हों सारे यही गल कहने कि खिडारी चुप चाप का खेडन, लड़ाई झगड़ा न कर, और साडे सरपंच उन्हों की जी तरक्की आ इन्हों परमात्मा दिन दुगनी रात चौगनी बख्शे।